ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਦੀ ਟੀਮ ਦੇ ਵੱਲੋਂ ਗਾਇਕ ਬੱਬੂ ਮਾਨ ਦੇ ਮਨਕੀਰਤ ਆਲਖ ਦੇ ਕਤਲ ਦੀ ਸਕੀਮ ਬਣਾਉਣ ਵਾਲੇ ਦਵਿੰਦਰ ਬੰਬੀਹਾ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਾਂਗਰਸ ਐਮਪੀ ਰਵਨੀਤ ਬਿੱਟੂ ਦਾ ਬਿਆਨ ਆਇਆ ਹੈ ਬਿੱਟੂ ਨੇ ਪੰਜਾਬੀ ਗਾਇਕਾਂ ਦੇ ਉੱਤੇ ਨਿਸ਼ਾਨਾ ਕੱਸ ਦਿੱਤਾ ਹੈ ਕਹਿੰਦੇ ਗਾਇਕ ਨਿਸ਼ਾਨੇ ਤੇ ਸਨ ਜਾਂ ਨਹੀਂ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਪਰ ਕਹਿੰਦੇ ਗਾਇਕ ਵੀ ਘੱਟ ਨਹੀਂ ਹਨ ਇਹ ਵੀ ਇੱਕ ਦੂਸਰੇ ਨੂੰ ਦਬਾਉਣ ਦੇ ਲਈ ਫੋਨ ਕਰਵਾਉਂਦੇ ਨੇ ਇੱਕ ਦੂਜੇ ਨੂੰ ਥੱਲੇ ਲਾਉਣ ਦੇ ਲਈ ਕਿਸੇ ਹੋਰ ਤੋਂ ਫੋਨ ਕਰਵਾਉਂਦੇ ਨੇ ਇਸ ਕਰਕੇ ਇਹਨਾਂ ਨੂੰ ਵੀ ਬਾਜ਼ ਆਉਣਾ ਚਾਹੀ ਕਿਤਾ ਜੋ ਅਜਿਹੇ ਕੰਮ ਰੋਜ਼ ਕਰਦੇ ਨੇ ਧਮਕਾਉਣ ਦਾ ਕਰਦੇ ਨੇ ਤੇ ਉਹਦੇ ਲਈ ਉਹ ਗੈਂਗਸਟਰਾਂ ਦੀ ਛਾਹ ਲੈਂਦੇ ਨੇ ਇਹ ਵੀ ਘਟਣੀਗੇ ਇਹ ਵੀ ਬਹੁਤ ਜਗ੍ਹਾ ਇਹ ਆਪ ਇਨਵੋਲ ਇਹ ਜਿਹੜੇ ਆ ਇਹ ਕੰਮਾਂ 'ਚ ਹੋਏ ਹੋਏ ਨੇ ਇੱਕ ਦੂਜੇ ਨੂੰ ਡਾਊਨ ਕਰਨ ਨੂੰ ਦੂਜੇ ਤੋਂ ਟੈਲੀਫੋਨ ਕਰਾਉਂਦੇ ਆ ਇੱਕ ਦੂਜੇ ਨੂੰ ਥੱਲੇ ਲਾਉਣ ਨੂੰ ਦੂਜੇ ਨੂੰ ਟੈਲੀਫੋਨ ਕਰਾਉਂਦੇ ਆ ਇਸ ਕਰਕੇ ਇਹਨਾਂ ਨੂੰ ਵੀ ਬਾਜ਼ ਆਉਣਾ ਚਾਹੀਦਾ ਕਿ ਕਈ ਸਿੰਗਰਾਂ ਦਾ ਮੈਨੂੰ ਪਤਾ ਏ ਵੀ ਜਿਹੜਾ ਇਹ ਕੰਮ ਰੋਜ਼ ਹੁਣ ਤੁਸੀਂ ਸੀਨੀਅਰ ਹੋ ਜਾਨੇ ਹੋ ਵੱਡੇ ਹੋ ਜਾਨੇ ਹੋ ਤੁਸੀਂ ਇਸ ਕੰਮ ਮੁੰਡ ਬਣੇ ਚੋਂ ਨਿਕਲੋ ਅੱਗੇ ਨੁਕਸਾਨ ਕਿੱਡਾ ਵੱਡਾ ਸਿੱਧੂ ਮੂਸੇਵਾਲਾ ਹੋ ਗਿਆ ਅੱਜ ਅੱਜ ਫਾਜ਼ਲ ਉਹਨਾਂ ਦੇ ਰੋਜ਼ ਵਿਚਾਰੇ ਜਿਹੜੇ ਆਪਣਾ ਨਿਆਂ ਨਿਆਂਇ ਲੈਣ ਨੂੰ ਟੱਕਰਾ ਮਾਰਦੇ ਫਿਰਦੇ ਪਰ ਕਿੱਥੋਂ ਮਿਲਣਾ ਨਿਆਂ ਇਹ ਮੁੰਡਾ ਚਲਾ ਗਿਆ ਉਹਨੇ ਵਾਪਸ ਨਹੀਂ ਆਉਣਾ ਇਸ ਕਰਕੇ ਤੁਸੀਂ ਵੀ ਹਟਜੋ ਤੁਸੀਂ ਵੀ ਹਟਜੋ ਕਿਉਂ ਤੁਹਾਡੇ ਮਗਰ ਪੈਂਦੀ ਆ ਜੀ ਕਿਉਂ ਤੁਹਾਡੇ ਮਗਰ ਪੈਂਦੇ ਆ ਗੈਂਗਸਟਰ ਦੱਸੋ ਤੇ ਕਿਉਂ ਤੁਸੀਂ ਇਹ ਜੇ ਕੰਮ ਕਰਦੇ ਹੋ ਜਦੋਂ ਤੁਸੀਂ ਉਦੋਂ ਤੁਹਾਨੂੰ ਯਾਦ ਨਹੀਂ ਸੀ ਉਦੋਂ ਤੁਹਾਨੂੰ ਕਿਸੇ ਨੂੰ ਯਾਦ ਨਹੀਂ ਸੀ ਜਦੋਂ ਤੁਸੀਂ ਲੋਕਾਂ ਦੇ ਪੁੱਤਾਂ ਨੂੰ ਰੋਜ਼ ਪਿਸਤੌਲ ਚੱਕ ਲੋ ਜੀ ਬੰਦੂਕ ਚੱਕ ਲੋ ਜੀ ਡਾਂਗਾ ਚੱਕ ਲੋ ਜੀ ਜਦੋਂ ਤੁਸੀਂ ਤੁਸੀਂ ਉਹ ਇਹ ਵੀ ਬੀਜਿਆ ਹੈ ਹਰ ਰੋਜ਼ ਤੁਸੀਂ ਜਾ ਜਾ ਬਾਹਰਲੇ ਦੇਸ਼ਾਂ ਚ ਵੈਪਨ ਤੇ ਵੈਪਨ ਹੱਥਾਂ ਚ ਫੜ ਕੇ ਉਹਨੂੰ ਇੱਕ ਦਿਨ ਕਿੱਧਰ ਨੂੰ ਚਲਾ ਰਹੇ ਹੋ ਕਦੇ ਸ਼ਾਨ ਸਾਡੀ ਐ ਬਣਦੀ ਆ ਤੇ ਹੁਣ ਜਦੋਂ ਹੁਣ ਭੱਜੇ ਫਿਰਦੇ ਹੋ ਨਾ ਇਹ ਤੁਸੀਂ ਸਿਖਾਇਆ ਸਭ ਨੂੰ ਗੈਂਗਸਟਰਾਂ ਨੂੰ ਵੈਪਨ ਚੱਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਧੜਾ ਧੜ ਚਲਾਏ ਜਾ ਰਹੇ ਨੇ ਤੇ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਵੀ ਆ ਗਿਆ ਹੈ ਵਿਜੀਲੈਂਸ ਨੇ ਹੁਣ ਸਾਬਕਾ ਸੀਐਮ ਚੰਨੀ ਦੇ ਖਿਲਾਫ ਵੀ ਐਕਸ਼ਨ ਲਿਆ ਹੈ ਚੰਨੀ ਦੇ ਕਾਰਜਕਾਲ ਦੌਰਾਨ ਕੀਤੀਆਂ ਭਰਤੀਆਂ ਤੇ ਸਵਾਲ ਉੱਠੇ ਨੇ 100 ਤੋਂ ਵੱਧ ਪੰਜਾਬ ਪੁਲਿਸ ਹੁਆਂ ਨਿਯੁਕਤੀਆਂ ਦੀ ਜਾਂਚ ਹੈ ਜਿਹੜੀ ਉਹਦੇ ਵਿੱਚ ਗੜਬੜੀਆਂ ਦਾ ਖਦਸ਼ਾ ਵਿਜੀਲੈਂਸ ਨੂੰ ਹੈ ਚੰਨੀ ਦੇ ਵੱਲੋਂ ਜਾਰੀ ਕੀਤੀਆਂ ਗਰੰਟਾਂ ਤੇ ਵੀ ਵਿਜੀਲੈਂਸ ਖਤਰ ਲਈ ਹੈ 1100 ਕਰੋੜ ਦੀਆਂ ਚੰਨੀ ਨੇ ਪਿੰਡਾਂ ਦੇ ਵਿੱਚ ਗ੍ਰੈਂਟਾਂ ਵੰਡੀਆਂ ਸਨ ਤੇ ਚੰਨੀ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੀ ਵੀ ਜਾਂਚ ਹੋਏਗੀ ਇਸ ਤੋਂ ਪਹਿਲਾਂ ਵਿਜੀਲੈਂਸ ਨੇ ਚੰਨੀ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਸੀ ਚੰਨੀ ਵਿਦੇਸ਼ ਤਾਂ ਨਹੀਂ ਗਈ ਪਰ ਉਹਨਾਂ ਦੀ ਗ੍ਰਿਫਤਾਰੀ ਵੀ ਨਹੀਂ ਹੋਈ ਇਸੇ ਤਰ੍ਹਾਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇੱਕ ਮਾਮਲੇ ਦੇ ਵਿੱਚ ਕਾਂਗਰਸ ਦੇ ਨੌਜਵਾਨ ਲੀਡਰ ਦਲਬੀਰ ਗੋਲਡੀ ਨੂੰ ਵੀ ਤਲਬ ਕੀਤਾ ਗਿਆ ਵਿਜੀਲੈਂਸ ਦੇ ਵੱਲੋਂ ਪਰ ਸੁੱਕਾ ਮੋੜ ਦਿੱਤਾ ਗਿਆ ਵਿਜੀਲੈਂਸ ਦਫ਼ਤਰ ਸੰਗਰੂਰ ਦੇ ਵਿੱਚ ਇਹਨਾਂ ਨੂੰ ਬੁਲਾਇਆ ਗਿਆ ਸੀ ਸਾਬਕਾ ਕਾਂਗਰਸੀ ਵਿਧਾਇਕ ਨੇ ਦਲਬੀਰ ਸਿੰਘ ਗੋਲਡੀ ਪਰ ਬਿਨਾਂ ਕਿਸੇ ਪਰ ਤਾਲਜਾਂ ਗੱਲਬਾਤ ਕੀਤੀ ਕਹਿ ਕੇ ਵਾਪਸ ਮੋੜ ਦਿੱਤਾ ਗਿਆ ਕਿ ਵਿਜੀਲੈਂਸ ਅਧਿਕਾਰੀ ਕਿਸੇ ਹੋਰ ਮਾਮਲੇ ਦੇ ਵਿੱਚ ਰੁੱਝੇ ਹੋਏ ਨੇ ਤੇ ਡੀਐਸਪੀ ਹਾਜ਼ਰ ਨਹੀਂ 골ਡਨ ਨੇ ਕਿਹਾ ਕਿ ਜਦੋਂ ਵੀ ਵਿਜੀਲੈਂਸ ਬੁલાਏਗੀ ਉਹ ਪੇਸ਼ ਹੋਣਗੇ ਕਹਿੰਦੇ ਮੈਂ ਹਰ ਤਰੀਕੇ ਦੀ ਜਾਂਚ ਲਈ ਤਿਆਰ ਹਾਂ ਵਿਜੀਲੈਂਸ ਨੇ 골ਡੀ ਨੂੰ ਸੰਗਰੂਦ ਦਫ਼ਤਰ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਤਲਬ ਕੀਤਾ ਸੀ ਤੇ ਪਿਛਲੇ 1 ਮਹੀਨੇ ਤੋਂ 골ਡੀ ਦੇ ਖਿਲਾਫ ਜਾਂਚ ਚੱਲ ਰਹੀ ਹੈ ਅਮਰੀਕਾ ਰਹਿੰਦੇ ਮਾਨਸਾਂ ਦੇ ਪੰਜਾਬੀ ਅਦਾਕਾਰ ਅਮਨ ਢਾਲੀਵਾਲ ਤੇ ਹਮਲਾ ਹੋਇਆ ਹੈ ਖੁਨੀ ਹਮਲਾ ਕੀਤਾ ਗਿਆ ਹੈ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਦੇ ਖਿਲਾਫ ਨਸਲੀ ਵਿਤਕ੍ਰਿਣ ਦੀ ਜਿਨੀ ਘਟਨਾਵਾਂ ਨੇ ਲਗਾਤਾਰ ਵਾਧੀਆਂ ਰਹਿੰਦੀਆਂ ਨੇ ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਰਹਿੰਦੇ ਅਮਨ ਢਾਲੀਵਾਲ ਤੇ ਕੋਹਾੜੀ ਦੇ ਨਾਲ ਹਮਲਾ ਕੀਤਾ ਗਿਆ ਹਿੰਮਤ ਦੇ ਨਾਲ ਅਮਨ ਢਾਲੀਵਾਲ ਨੇ ਖੁਦ ਹਮਲਾਵਰ ਨੂੰ ਫੜ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਫਿਲਹਾਲ ਅਮਨ ਢਾਲੀਵਾਲ ਹਸਪਤਾਲ ਦੇ ਵਿੱਚ ਦਾਖਲ ਨੇ ਹਾਲਤ ਠੀਕ ਦੱਸੀ ਜਾ ਰਹੀ ਹੈ ਹਾਲਾਂਕਿ ਸਰੀਰ ਦੇ ਕਈ ਥਾਵਾਂ ਤੇ ਟਾਂਕੇ ਲੱਗੇ ਹੱਥ ਤੇ ਜ਼ਿਆਦਾ ਸੱਟ ਲੱਗੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਗੋਰਾ ਜਿਹੜਾ ਹੈਗਾ ਉਹ ਅਮਨ ਨੂੰ ਫੜ ਕੇ ਉੱਚੀ ਉੱਚੀ ਗਾਲ੍ਹਾਂ ਕੱਢ ਰਿਹਾ ਸੀ ਸਾਰਿਆਂ ਨੂੰ ਆਪਣੇ ਨੇੜੇ ਆਉਣ ਤੋਂ ਰੋਕ ਰਿਹਾ ਸੀ ਸਤਨਾਂ ਜਦੋਂ ਹਮਲਾਵਰ ਦਾ ਧਿਆਨ ਭਟਕਿਆ ਤਾਂ ਅਮਨ ਨੇ ਉਸ ਨੂੰ ਫੜ ਕੇ ਜ਼ਮੀਨ ਤੇ ਸੁੱਟ ਲਿਆ ਜਿਸ ਤੋਂ ਬਾਅਦ ਜਿਮ ਦੇ ਵਿੱਚ ਖੜੇ ਹੋਰ ਲੋਕਾਂ ਨੇ ਵੀ ਹਮਲਾਵਰ ਨੂੰ ਦਬੋਚ ਲਿਆ ਪੁੱਤ ਤੇ ਹੋਏ ਹਮਲੇ ਦੀ ਜਾਣਕਾਰੀ ਉਹਨਾਂ ਦੇ ਪਿਤਾ ਮਾਸਟਰ ਮਿੱਠੂ ਸਿੰਘ ਕਾਨੇ ਕੇ ਨੇ ਦਿੱਤੀ ਹੈ ਜਿਹੜੇ ਕਿ ਮਾਨਸਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਖਾਲਸ ਟੀਵੀ ਨੇ ਉਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਮਿੱਠੂ ਸਿੰਘ ਨੇ ਦੱਸਿਆ ਕਿ ਅਮਨ ਦਾ ਕਿਸੇ ਨਾਲ ਵੀ ਵੈਰ ਵਿਰੋਧ ਹਮਲਾਵਰ ਨੇ ਅਚਾਨਕ ਤੇ ਅਚਨਚੇਤੋਦੋ ਹਮਲਾ ਕੀਤਾ ਜਦੋਂ ਅਮਨ ਜਿਮ ਦੇ ਵਿੱਚ ਗਏ ਹੋਏ ਸਨ ਬਾਹਰ ਉਹਨਾਂ ਦੀ ਗੱਡੀ ਖੜੀ ਸਨ ਗੱਡੀ ਖੜੀ ਸੀ ਤੇ ਇੱਕ ਕੰਪਨੀ ਦੇ ਵਿੱਚ ਉਹ ਸਿਕਿਉਰਿਟੀ ਅਫਸਰ ਹੋਣ ਕਰਕੇ ਉਹਨਾਂ ਦੀ ਕਾਰ ਦੇ ਉੱਤੇ ਇੱਕ ਖਾਸ ਕਿਸਮ ਦੀ ਲਾਈਟ ਲੱਗੀ ਹੋਈ ਸੀ ਤੇ ਜਦੋਂ ਅਮਨ ਬਾਹਰ ਆਇਆ ਦੇਖਿਆ ਕਿ ਇੱਕ ਗੋਰਾ ਉਸਦੀ ਕਾਰ ਦੇ ਉੱਤੇ ਹਮਲਾ ਕਰ ਰਿਹਾ ਹੈ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਮੂਲਵਾਦੀ ਗੋਰੇ ਨੇ ਅਮਨ ਨੂੰ ਵੀ ਫੜ ਲਿਆ ਕੁਹਾੜੀ ਦੇ ਨਾਲ ਵਾਰ ਕੀਤੇ ਹੱਥ ਦੇ ਉੱਤੇ ਜ਼ਿਆਦਾ ਸੱਟ ਲੱਗੀ ਹੈ ਪਰ ਅਮਨ ਨੇ ਕਹਿੰਦੇ ਹਮਲਾਵਰ ਨੂੰ ਚੁਸਤੀ ਦੇ ਨਾਲ ਕਾਬੂ ਕਰਕੇ ਸੁੱਟ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਪਿਤਾ ਨੇ ਕਿਹਾ ਕਿ ਜੇ ਉਹਨਾਂ ਦਾ ਪੁੱਤ ਹਿੰਮਤ ਨਾ ਦਿਖਾਉਂਦਾ ਤਾਂ ਮੂਲਵਾਦੀ ਗੋਰਾ ਜਿੰਮ ਦੇ ਅੰਦਰ ਜਾ ਕੇ ਕਾਫੀ ਨੁਕਸਾਨ ਕਰ ਸਕਦਾ ਸੀ ਤੇ ਰਜਾਨਾ ਹੀ ਉਥੋਂ ਦੇ ਸਮੇਂ ਅਨੁਸਾਰ ਤਕਰੀਬਨ 7:30 ਵਜੇ ਇਹ ਜਿੰਮ ਜਾਂਦਾ ਹੈਗਾ ਸ਼ਾਮ ਨੂੰ ਜੀ ਜਮ ਦੇ ਵਿੱਚੋਂ ਪਹੁੰਚਰ ਤੋਂ ਬੁਲਾਏ ਇਹਨੇ ਗੱਡੀ ਪਾਰਕਿੰਗ ਵਿੱਚ ਜਦੋਂ ਰੋਕੀਆ ਤਾਂ ਇਹਨੇ ਸਾਹਮਣੇ ਦੇਖਿਆ ਵੀ ਇੱਕ ਕਬੜਾ ਟਾਕੂਆ ਟਾਈਪ ਕਹਾੜਾ ਟਾਕੂਆ ਟਾਈਪ ਇੱਕ ਥਿਆਰ ਉਹਦੇ ਕੋਲੇ ਹੈਗਾ ਕੋਈ ਉਪਰਾਂ ਬੰਦਾ ਜਮ ਵੱਲ ਜਾ ਰਿਹਾ ਹੈਗਾ ਉਹ ਇਹਨੂੰ ਦੇਖ ਕੇ ਰੁਕ ਗਿਆ ਤਾਂ ਅਮਨ ਦੀ ਗੱਡੀ ਉੱਤੇ ਬੱਤੀ ਲੱਗੀ ਹੋਈ ਸੀ ਜੀ ਉਹ ਬੱਤੀ ਹੈ ਜਿਹੜੀ ਪੁਲਿਸ ਵਾਲਿਆਂ ਦੀਆਂ ਗੱਡੀਆਂ ਤੇ ਲੱਗੀਆਂ ਹੁੰਦੀਆਂ ਜਾਂ ਹੋਮ ਸਿਕਿਉਰਿਟੀ ਵਾਲਿਆਂ ਦੀਆਂ ਗੱਡੀਆਂ ਤੇ ਬੱਤੀ ਲੱਗੀ ਹੁੰਦੀ ਹੈ ਜੀ ਤਾਂ ਉਹਨੇ ਦੇਖਣ ਸਾਰੇ ਦੀ ਗੱਡੀ ਇਹਦੇ ਤੇ ਆ ਕੇ ਅਟੈਕ ਕਰਤਾ ਹਮਲਾ ਅਮਨ ਅਮਨਦੇਵ ਦੀ ਗੱਡੀ ਉੱਤੇ ਜਿਹੜਾ ਸੀਸਾ ਪੰਨ ਤਾਂ ਉਹਨੇ ਤਾਂ ਅਮਨ ਨੇ ਫਟਾਫਟ ਗੱਡੀ ਤੋਂ ਬਾਹਰ ਨਿਕਲ ਨਿਕਲ ਕੇ ਤੇ ਜਦੋਂ ਬਾਹਰ ਨਿਕਲਿਆ ਤਾਂ ਉਹਨੇ ਦੂਜਾ ਅਟੈਕ ਆ ਜਿਹੜਾ ਇਹਦੇ ਮੋਢੇ ਤੇ ਮਾਰਿਆ ਹੋ ਤੀਜੀ ਵਾਰ ਜਦੋਂ ਫੇਰ ਬਾਰ-ਬਾਰ ਕਰਨ ਲੱਗਾ ਇਹਨੇ ਉਹਦਾ ਟਾਕੂ ਆ ਜਿਹੜਾ ਉਹ ਸੰਦ ਸੀ ਹਥਿਆਰ ਸੀ ਜਿਹੜਾ ਉਹ ਫੜ ਲਿਆ ਥਨ ਨਾਲ ਉਹਨੇ ਛੱਡਿਆ ਨਹੀਂ ਜੀ ਤੇ ਉਹਨੂੰ ਉਹਨੂੰ ਕਾਬੂ ਕਰ ਲਿਆ ਉਸਨੂੰ ਗੋਰੇ ਨੂੰ ਗੋਰੇ ਨੂੰ ਕਾਬੂ ਕੀਤਾ ਗੋਰੇ ਨੇ ਆਪਦੇ ਇੱਕ ਗਿਰਚ ਕੱਢ ਕੇ ਕਾਫੀ ਇਹਦੇ ਗਿਰਚਾਂ ਮਾਰੀਆਂ ਤੇ ਫਿਰ ਵੀ ਇਹਨੇ ਉਹਨੂੰ ਕਾਬੂ ਕਰੀ ਰੱਖਿਆ ਕਾਬੂ ਕਰਕੇ ਇਹ ਇਹਨੇ ਉਹਨੂੰ ਨਾਪੀ ਰੱਖ ਰਿਹਾ ਥੱਲੇ ਸਿੱਟਲੇ ਨਪਰਵੇ ਤੇ ਜਿੰਮ ਵਿੱਚੋਂ ਜਿਹੜੇ ਜਿੰਮ ਕਰਨ ਵਾਲੇ ਸੀਗੇ ਉਹ ਇਹਨੇ ਪਹੁੰਚ ਕੇ ਉਹਨਾਂ ਨੇ ਸਾਰਿਆਂ ਨੇ ਇਹਨੂੰ ਇਸ ਨੂੰ ਗੋਰੇ ਨੂੰ ਪੁਲਿਸ ਦੇ ਹਵਾਲੇ ਕਰਤਾ ਅਗਲੀ ਖਬਰ ਵੀ ਅਮਰੀਕਾ ਤੋਂ ਹੀ ਹੈ ਜਿੱਥੇ ਇੱਕ ਸਿੱਖ ਨੌਜਵਾਨ ਨੂੰ ਮਹਿਜ਼ ਇਸ ਲਈ ਬਾਸਕਟਬਾਲ ਮੈਚ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਕਿਉਂਕਿ ਉਸਨੇ ਸਿਰ ਸਾਹਿਬ ਪਹਿਨੀ ਹੋਈ ਸੀ ਅੰਮ੍ਰਿਤਧਾਰੀ ਨੌਜਵਾਨ ਹੈ ਇਸ ਮਾਮਲੇ ਨੇ ਵੱਡੇ ਸਵਾਲ ਖੜੇ ਕੀਤੇ ਨੇ ਘਟਨਾ ਸੈਕਰਾਮੈਂਟੋ ਕੈਲੀਫੋਰਨੀਆ ਦੇ ਵਿੱਚ ਪੇਸ਼ਵਰ ਉੱਤਰੀ ਅਮਰੀਕੀ ਬਾਸਕਟਬਾਲ ਲੀਗ ਐਨਬੀਏ ਟੀਮ ਸੈਕਰਾਮੈਂਟੋ ਕਿੰਗਸ ਦੇ ਨਾਲ ਜੁੜੇ ਇੱਕ ਬਾਸਕਟਬਾਲ ਮੈਚ ਦੌਰਾਨ ਵਪਰੀ ਟਵਿੱਟਰ ਤੇ ਮਨਦੀਪ ਸਿੰਘ ਨਾਮ ਦੇ ਸਿੱਖ ਨੌਜਵਾਨ ਨੇ ਇਸ ਘਟਨਾ ਨੂੰ ਧਾਰਮਿਕ ਵਿਤਕਰਾ ਕਰਾ ਦਿੰਦੇ ਹੋਏ ਦਾਵਾ ਕੀਤਾ ਹੈ ਕਿ ਉਸਦੀ ਕਿਰਪਾਨ ਕਰਕੇ ਉਸ ਕਿਆ ਗਿਆ ਉਸਨੇ ਸਟੇਡੀਅਮ ਦੇ ਬਾਹਰ ਅਤੇ ਇੱਕ ਸੁਰੱਖਿਆ ਕਮਰੇ ਦੇ ਅੰਦਰ ਆਪਣੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਾਲਾਂਕਿ ਉਸਨੇ ਆਪਣਾ ਚਿਹਰਾ ਨਹੀਂ ਦਿਖਾਇਆ ਨੌਜਵਾਨ ਨੇ ਕਿਹਾ ਕਿ ਉਸਨੇ ਇਸ ਮੁੱਦੇ ਬਾਰੇ ਕਈ ਲੋਕਾਂ ਨਾਲ ਗੱਲਬਾਤ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ ਅਗਲੀ ਖਬਰ ਝੂਠੇ ਪੁਲਿਸ ਮੁਕਾਬਲੇ ਦੇ ਨਾਲ ਜੁੜੀ ਹੋਈ ਹੈ ਮੁਹਾਲੀ ਦੀ ਸੀਬੀ ਅਦਾਲਤ ਨੇ ਕਰੀਬ 3 ਦਹਾਕੇ ਪੁਰਾਣੇ ਸਿੱਖ ਨੌਜਵਾਨ ਜਿਹੜਾ ਕਿ ਬੈਂਕ ਮੁਲਾਜ਼ਮ ਸੀ ਕੁਲਦੀਪ ਸਿੰਘ ਉਸ ਨੂੰ ਅਗਵਾ ਕਰਕੇ ਜਾਨੋਂ ਮਾਰਨ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਤਤਕਾਲੀ ਇੰਸਪੈਕਟਰ ਸੂਬਾ ਸਿੰਘ ਉਰਫ ਸੂਬਾ ਸਰਹੰਦ ਤੇ ਉਸਤੇ ਗਨਮਨ ਚਰਮਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ ਸੂਬਾ ਸਿੰਘ ਨੂੰ 3 ਸਾਲ ਤੇ ਚਰਮਲ ਸਿੰਘ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਸ ਮਾਮਲੇ ਦੇ ਵਿੱਚ ਨਾਮਜ਼ਦ ਉਸ ਸਮੇਂ ਦੇ ਐਸਐਚਓ ਗੁਰਦੇਵ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਪੀੜਿਤ ਪਰਿਵਾਰ ਦੇ ਵਕੀਲ ਸਰਵਜੀਤ ਸਿੰਘ ਤੇ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੇ 1 ਜੂਨ 1992 ਦੇ ਵਿੱਚ ਕੁਲਦੀਪ ਸਿੰਘ ਵਾਸੀ ਕੋਟਲੀ ਸਰੂਖਾ ਤਰਨਤਾਰਨ ਨੂੰ ਕਿਸੇ ਜਾਣਕਾਰ ਦੇ ਘਰੋਂ ਚੁੱਕ ਕੇ ਬਾਅਦ ਵਿੱਚ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਸੀ ਮੌਤ ਦੇ ਘਾਟ ਉਤਾਰ ਦਿੱਤਾ ਸੀ ਇਸ ਮਾਮਲੇ ਦੀ ਸੁਣਵਾਈ ਮੋਹਾਲੀ ਸਥਿਤ ਸੀ ਬੇ ਦੇ ਵਿਸ਼ੇਸ਼ ਅਦਾਲਤ ਵਿੱਚ ਚੱ ਅਤੇ ਵੀਰਵਾਰ ਨੂੰ ਅਦਾਲਤ ਨੇ ਸਾਬਕਾ ਇੰਸਪੈਕਟਰ ਤੇ ਗਨਮੈਨ ਨੂੰ ਦੋਸ਼ੀ ਕਰਾਰ ਦਿੱਤਾ ਜਲੰਧਰ ਪੁਲਿਸ ਨੇ ਵੱਡੀ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੇ ਕੈਨੇਡਾ ਤੋਂ ਵਾਪਸ ਭੇਜੇ ਜਾ ਰਹੇ ਰਿਪੋਰਟ ਕੀਤੇ ਜਾ ਰਹੇ ਪੰਜਾਬ ਦੇ 700 ਵਿਦਿਆਰਥੀਆਂ ਨੂੰ ਜਾਲੀ ਦਸਤਾਵੇਜ਼ ਜਾਰੀ ਕਰਨ ਵਾਲੇ ਟਰੈਵਲ ਏਜੰਟ ਦੇ ਦਫ਼ਤਰ ਦਾ ਪਤਾ ਲਾ ਲਿਆ ਹੈ ਪੁਲਿਸ ਨੇ ਦੱਸਿਆ ਕਿ ਦਫ਼ਤਰ ਸ਼ਹਿਰ ਦੇ ਬਾਸਰਡੇ ਦੇ ਨੇੜੇ ਹੈ ਪਰ ਪਿਛਲੇ 6 ਮਹੀਨਿਆਂ ਤੋਂ ਬੰਦ ਹੈ ਯਾਨੀ ਕਿ ਆਪਣਾ ਜੋ ਇਹਨੇ ਕਰਨਾ ਸੀ ਕਾਹੜ ਕਰਨਾ ਸੀ ਉਹ ਕਰਕੇ ਪਤਾ ਨਹੀਂ ਕਿੱਥੇ ਰਫੂ ਚੱਕਰ ਹੋ ਗਿਆ ਉਹਨਾਂ ਨੇ ਕਿਹਾ ਕਿ ਹੋਰ ਵੇਰਵਿਆਂ ਦੀ ਅਸੀਂ ਤਸਦੀਕ ਕਰ ਰਹੇ ਹਾਂ ਹਾਲੇ ਤੱਕ ਕਹਿੰਦੇ ਸਾਨੂੰ ਇਸ ਸੰਬੰਧੀ ਸ਼ਿਕਾਇਤ ਕੋਈ ਨਹੀਂ ਮਿਲੀ ਮੀਡੀਆ ਦੇ ਰਾਹੀਂ ਜਿਹੜੀਆਂ ਖਬਰਾਂ ਵਿਲੀਅਨਰ ਨਦੀ ਅਧਾਰ ਤੇ ਪੁਲਿਸ ਨੇ ਇਸ ਦੀ ਜਾਂਚ ਕੀਤੀ ਹੈ ਮੀਡੀਆ ਰਿਪੋਰਟਾਂ ਦੇ ਵਿੱਚ ਦਰਅਸਲ ਸਾਹਮਣੇ ਆਇਆ ਹੈ ਕੈਨੇਡਾ ਤੋਂ ਜਿਹੜੇ ਇੱਕ ਮੀਡੀਆ ਕਰਮੀ ਨੇ ਪੰਜਾਬੀ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ ਗਏ ਹੋਏ 700 ਤੋਂ ਵੱਧ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਜਲੰਧਰ ਸਥਿਤ ਟਰੈਵਲ ਏਜੰਟ ਦੇ ਵੱਲੋਂ ਜਾਰੀ ਕੀਤੇ ਜਾਲੀ ਦਸਤਾਵੇਜ਼ ਜਮ੍ਹਾਂ ਕਰਾਉਣ ਕਰਕੇ ਰਿਪੋਰਟ ਕੀਤਾ ਜਾ ਰਿਹਾ ਹੈ ਵਿਦਿਆਰਥੀ 2018-19 ਦੇ ਵਿੱਚ ਸਟੱਡੀ ਵੀਜ਼ੇ ਤੇ ਕੈਨੇਡਾ ਗਏ ਸਨ ਪਰ ਹਾਲ ਹੀ ਵਿੱਚ ਜਦੋਂ ਕੈਨੇਡਾ ਦੇ ਵਿੱਚ ਇਹਨਾਂ ਨੇ ਪੱਕੀ ਰਹਿਣ ਦੇ ਲਈ ਅਪਲਾਈ ਕੀਤਾ ਤਾਂ ਵੱਡੀ ਧੋਖਾਧੜੀ ਸਾਹਮਣੇ ਆਈ ਹੈ ਤੇ ਇਹਨਾਂ ਵਿਦਿਆਰਥੀਆਂ ਦਾ ਭਵਿੱਖ ਹੈ ਜਿਹੜਾ ਹੁਣ ਦਾਤੇ ਲੱਗ ਗਿਆ ਜਿਨ੍ਹਾਂ ਨੇ 4-4 5-5 ਸਾਲ ਉੱਥੇ ਪੜ੍ਹਾਈ ਕੀਤੀ ਲੱਖਾਂ ਰੁਪਏ ਆਪਣੇ ਖਰਚ ਕੀਤੇ ਪਰ ਹੁਣ ਇਹਨਾਂ ਨੂੰ ਸਰਕਾਰ ਨੇ ਡਿਪੋਰਟ ਕਰਨ ਦੀ ਚੇਤਾਵਨੀ ਦੇ ਦਿੱਤੀ ਹੈ ਤੇ ਉੱਥੋਂ ਦਾ ਜਿਹੜਾ ਪੰਜਾਬੀ ਭਾਈਚਾਰਾ ਹੈ ਉਹ ਵੀ ਹੁਣ ਇਹਨਾਂ ਵਿਦਿਆਰਥੀਆਂ ਦੇ ਹੱਕ ਵਿੱਚ ਨਿੱਤਰ ਆਇਆ ਹੈ ਅਤੇ ਗੁਰਪ੍ਰੀਤ ਸਿੰਘ ਸਹੋਤਾ ਦੇ ਦੱਸਣ ਦੇ ਮੁਤਾਬਿਕ ਉੱਥੋਂ ਦੇ ਐਮਪੀ ਇੱਕ ਐਮਪੀ ਹੈਗੇ ਨੇ ਉਹਨਾਂ ਨੇ ਵੀ ਮਦਦ ਲਈ ਪੇਸ਼ਕਸ਼ ਕੀਤੀ ਹੈ ਐਮਪੀ ਦਾ ਨਾਮ ਕੈਨ ਹਾਰਡੀ ਹੈ ਉਹਨਾਂ ਨੇ ਆਪਣਾ ਈਮੇਲ ਦਿੱਤਾ ਹੈ k e n h a r d i e p 9 p a r l g c c a ਇਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਐਮਪੀ ਨੇ ਖੁਦ ਕਿਹਾ ਹੈ ਕਿ ਜਿਹੜੇ ਵੀ ਵਿਦਿਆਰਥੀ ਇਸ ਇਸ ਭਿਆਨਕ ਹਾਲਾਤ ਦਾ ਸਾਹਮਣਾ ਕਰ ਰਹੇ ਨੇ ਉਹ ਮੈਨੂੰ ਮੇਰੇ ਈਮੇਲ ਆਈਡੀ ਤੇ ਸੰਪਰਕ ਕਰਨ ਮੈਂ ਉਹਨਾਂ ਨੂੰ ਅੱਗੇ ਦੀ ਜਿਹੜਿਆ ਹੈਗਾ ਉਹ ਦੱਸਾਂਗਾ ਅਗੇ ਦਾ ਜਿਹੜਾ ਚਾਨਣ ਹੈ ਅਗੇ ਦਾ ਰਾਹ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ ਸੋ ਇਹ ਜਿਹੜਾ ਈਮੇਲ ਆਈਡੀ ਹੈ ਉਹ ਤੁਸੀਂ ਨੋਟ ਕਰ ਸਕਦੇ ਹੋ ਸਕਰੀਨ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਟ੍ਰਾਈ ਸਿਟੀ ਦੇ ਵਿੱਚ ਛੇਤੀ ਹੀ ਮੈਟਰੋ ਚਲਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਵੀਰਵਾਰ ਨੂੰ ਪੰਜਾਬ ਦੇ ਰਾਜਪਾਲ ਨੇ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਸੱਦੀ ਸੀ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਤਾਂ ਇਸ ਮੀਟਿੰਗ 'ਚੋਂ ਗੈਰ ਹਾਜ਼ਰ ਰਹੇ ਪਰ ਉਹਨਾਂ ਦੀ ਥਾਂ ਤੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਪਹੁੰਚੇ। ਮੈਟਰੋ ਸਰਵਿਸ ਚੰਡੀਗੜ, ਪੰਚਕੁਲਾ ਤੇ ਮੁਹਾਲੀ ਦੇ ਵਿੱਚਕਾਰ ਚੱਲੇਗੀ ਜਿਸ ਨੂੰ ਟ੍ਰਾਈ ਸਿਟੀ ਕਿਹਾ ਜਾਂਦਾ ਹੈ। ਤੇ ਮੀਟਿੰਗ ਦੇ ਵਿੱਚ ਲਾਗਤ ਤੇ ਰੂਟ ਪਲਾਨ ਤੇ ਜ਼ਿਕਰ ਕੀਤਾ ਗਿਆ। ਪੂਰੇ ਪ੍ਰੋਜੈਕਟ ਦੇ ਪੰਚਕੁਲਾ, ਮੁਹਾਲੀ ਤੇ ਚੰਡੀਗੜ ਦਾ ਅਨੁਮਾਨਿਤ ਖਰਚਾ ਕਰੀਬ 10570 ਆਵੇਗਾ ਮੈਟਰੋ ਤੇ ਸਭ ਤੋਂ ਜ਼ਿਆਦਾ 7680 ਕਰੋੜ ਰੁਪਏ ਖਰਚ ਹੋਣਗੇ ਇਹਨਾਂ ਵਿੱਚੋਂ ਮੁਹਾਲੀ ਦੇ ਵਿੱਚ 4080 ਚੰਡੀਗੜ੍ਹ ਵਿੱਚ 2320 ਤੇ ਪੰਜ ਕੁਲਾ ਦੇ ਵਿੱਚ 1280 ਕਰੋੜ ਰੁਪਏ ਖਰਚ ਹੋਣਗੇ ਸੋ ਟਰਾਈ ਸਿਟੀ ਦੇ ਵਿੱਚ ਮੈਟਰੋ ਦੀ ਸੇਵਾ ਲਿਆਉਣ ਦੇ ਲਈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਮਿਲ ਕੇ ਕੰਮ ਕਰਨਾ ਪਵੇਗਾ ਤੇ ਰਾਜਪਾਲ ਇਹਨਾਂ ਦੇ ਵਿੱਚ ਕੜੀ ਬਣੇ ਨੇ ਅਗਲੀ ਖਬਰ ਵੀ ਸ੍ਰੀ ਬਿਊਟੀਫੁੱਲ ਚੰਡੀਗੜ੍ਹ ਤੋਂ ਹੀ ਹੈ ਜਿੱਥੋਂ ਦੀ ਸੰਸਦ ਮੈਂਬਰ ਕਿਰਨ ਖੇਰ ਦਾ ਵੋਟਾਂ ਮੰਗਨ ਦਾ ਇੱਕ ਜੀਬੋਗਰੀਪ ਟੰਗ ਸਾਹਮਣੇ ਆਇਆ ਇਸ ਨੂੰ ਧਮਕੀ ਵੀ ਕਿਹਾ ਕਰ ਸਕਦੇ। ਦਰਸਲ ਕਿਰਨ ਖੇਰ ਰਾਮ ਦਰਬਾਰ ਵਿਖੇ ਨਵੇਂ ਬਣੀ ਕਮਿਊਨਿਟੀ ਸੈਂਟਰ ਦੇ ਉਦਘਾਟਨ ਸਮਾਰੋਹ ਦੇ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਉਹਨਾਂ ਨੇ ਕਿਹਾ ਕਿ ਹੱਲੋ ਮਾਜਰਾ ਦੇ ਦੀਪ ਕੰਪਲੈਕਸ ਨੂੰ ਜਾਣ ਵਾਲੀ ਪੂਰੀ ਸੜਕ ਉਹਨਾਂ ਨੇ ਬਣਵਾਈ ਹੈ ਜਿੱਥੇ ਪਾਣੀ ਭਰ ਜਾਂਦਾ ਸੀ। ਹੁਣ ਕਹਿੰਦੇ ਜੇ ਦੀਪ ਕੰਪਲੈਕਸ ਦਾ ਇੱਕ ਵੀ ਬੰਦਾ ਮੈਨੂੰ ਵੋਟ ਨਾ ਪਾਵੇ ਤਾਂ ਬਹੁਤ ਲਾਂਤ ਵਾਲੀ ਗੱਲ ਹੋਊਗੀ। ਉਹਨੂੰ ਤਾਂ ਜਾ ਕੇ ਕਹਿੰਦੇ ਛਿੱਤਰ ਫੇਰਨੇ ਚਾਹੁੰਦੇ ਨੇ। ਮੈਂ ਐਨੇ ਪੈਸੇ ਦੇ ਕੇ ਉਹਨਾਂ ਦਾ ਕੰਮ ਕਰਵਾਇਆ ਤੇ ਵੋਟਾਂ ਮੈਨੂੰ ਨਹੀਂ ਪਉਣਗੀਆਂ ਤਾਂ ਕਿਹਨੂੰ ਪਉਣਗੀਆਂ? ਪੂਰੀ ਸੜਕ ਬਣਾਈ ਜਰ ਪਾਣੀ अगर दीप कॉम्प्लेक्स में एक भी बंदा मेरे को वोट ना डाले तो फिर बड़े लानत की बात है जाकर क्षेत्र फेरने चाहिए उनको क्योंकि <laughs> ਕਿੰਨੀ ਮਹੀਨੇ ਇਤਨੇ ਪੈਸੇ ਦੇਖੇ ਸੋ ਕਿਰਨ ਖੇਰਦੀ ਆਵਾਜ਼ ਦੇ ਵਿੱਚ ਸੁਣਿਆ ਤੁਸੀਂ ਕਿ ਕਿਵੇਂ ਬਹੁਤ ਹੀ ਬੇਸ਼ਰਮੀ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਇਹ ਕਿਹਾ ਹੈ ਕਿ ਜਿਹੜਾ ਵੋਟਾਂ ਨਹੀਂ ਪਾਊਗਾ ਉਹਦੇ ਛਿੱਤਰ ਫੇਰਨੇ ਚਾਹੀਦੇ ਨੇ ਤੇ ਇਸ ਬਿਆਨ ਦੀ ਕਾਫੀ ਨਿਖੇਧੀ ਵੀ ਹੋ ਰਹੀ ਹੈ ਮੋਗਾ ਤੋਂ ਖਬਰ ਹੈ ਜਿੱਥੇ ਥਾਣਾ ਨਿਹਾਲ ਸਿੰਘ ਵਾਲਾ ਦੇ ਇੱਕ ਪਿੰਡ ਕੋਹਲਿਆ ਖੁਰਦ ਦੇ ਵਿੱਚ ਇੱਕ ਡਾਕਰ ਦੇ ਮੁਲਾਜ਼ਮ ਨੂੰ ਇੱਕ ਅਣਪਛਾਤੇ ਨੇ ਗੋਲੀਆਂ ਮਾਰ ਦਿੱਤੀਆਂ ਹੈਰਾਨੀ ਦੀ ਗੱਲ ਹੈ ਕਿ ਜਦੋਂ 50 ਸਾਲ ਦੇ ਜਸਵਿੰਦਰ ਸਿੰਘ ਨੂੰ ਗੋਲੀਆਂ ਮਾਰਨ ਵਾਲੇ ਅਣਪਛਾਤੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਉਹ ਇਸੇ ਡਾਕ ਕਰਦਾ ਹੀ ਮੁਲਾਜ਼ਮ ਨਿਕਲਿਆ ਯਾਨੀ ਕਿ ਡਾਕ ਕਰਦੇ ਮੁਲਾਜ਼ਮ ਨੇ ਦੂਸਰੇ ਮੁਲਾਜ਼ਮ ਨੂੰ ਗੋਲੀਆਂ ਮਾਰ ਦਿੱਤੀਆਂ ਗੰਭੀਰ ਜ਼ਖਮੀ ਨੂੰ ਡੀਐਮਸੀ ਲੁਧਿਆਣਾ ਰੈਫਰ ਕੀਤਾ ਗਿਆ ਮੌਕੇ ਤੇ ਡੀਐਸਪੀ ਮਨਜੀਤ ਸਿੰਘ ਟੀਸੀ ਤੇ ਹੋਰ ਪੁਲਿਸ ਅਧਿਕਾਰੀ ਪਹੁੰਚ ਗਏ ਸਨ ਸੀਬੀਏ ਯਾਨੀ ਕਿ ਕੇਂਦਰੀ ਜਾਂਚ ਬਿਊਰੋ ਨੇ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਸੋਧਿਆ ਤੇ ਦੋਰਾ ਪੈਂਤੜਾ ਕਸ ਦਿੱਤਾ ਹੈ ਸੀਬੀਏ ਨੇ ਦਿੱਲੀ ਸਰਕਾਰ ਦਾ ਦਿੱਲੀ ਸਰਕਾਰ ਦੀ ਫੀਡਬੈਕ ਯੂਨਿਟ ਦੇ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਹੁਣ ਸਾਬਕਾ ਸੀਐਮ ਮਨੀਸ਼ ਸਸੋਧਿਆ ਤੇ ਹੋਰਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਨਵਾਂ ਕੇਸ ਦਰਜ ਕੀਤਾ ਹੈ ਯਾਨੀ ਕਿ ਸਸੋਧਿਆ ਦੇ ਖਿਲਾਫ ਜਾਸੂਸੀ ਕਰਨ ਦੇ ਇਲਜ਼ਾਮ ਤਹਿਤ ਨਵਾਂ ਪਰਚਾ ਦਰਜ ਕੀਤਾ ਹੈ ਕੇਂਦਰੀ ਜਾਂਚ ਬਿਊਰੋ ਨੇ ਆਪਣੀ ਮੁੱਢਲੀ ਜਾਂਚ ਦੇ ਵਿੱਚ ਇਹ ਪਾਇਆ ਕਿ ਪ੍ਰਸ਼ਚਾਰ ਨੂੰ ਰੋਕਣ ਦੇ ਲਈ ਦਿੱਲੀ ਸਰਕਾਰ ਦੇ ਵੱਲੋਂ ਗਠਿਤ ਐਫ ਵੀ ਯੂਨਿਕ ਅਥੇ ਤੌਰ ਤੇ ਸਿਆਸੀ ਕੁਵੀਆਂ ਜਾਣਕਾਰੀ ਇਕੱਠੀ ਕੀਤੀ ਸੀ ਗ੍ਰਹਿ ਮੰਤਰਾਲੇ ਦੇ ਵੱਲੋਂ ਸਸੋਧਿਆ ਖਿਲਾਫ ਮੁਕਦਮਾ ਚਲਾਉਣ ਦੀ ਮਨਜ਼ੂਰੀ ਦੇਣ ਤੋਂ 14 ਦਿਨਾਂ ਬਾਅਦ ਸੀਬੀਏ ਨੇ 14 ਮਾਰਚ ਨੂੰ ਐਫ ਆਈ ਆਰ ਦਰਜ ਕੀਤੀ ਸੀ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਮੁੰਬਈ ਦੇ ਵੱਲ ਮਾਰਚ ਕਰ ਰਹੇ ਹਜ਼ਾਰਾਂ ਕਿਸਾਨਾਂ ਅਤੇ ਕਬਾਇਲੀਆ ਦੀ ਨੁਮਾਇੰਦਗੀ ਕਰਨ ਵਾਲੇ ਵਫ਼ਦ ਦੇ ਨਾਲ ਮਹਾਰਾਸ਼ਟਰ ਸਰਕਾਰ ਨੇ ਗੱਲਬਾਤ ਦਾ ਇੱਕ ਨਵਾਂ ਦੌਰ ਚਲਾਇਆ ਹੈ ਮਾਰਚ ਦੀ ਅਗਵਾਈ ਕਰ ਰਹੇ ਸਾਬਕਾ ਵਿਧਾਇਕ ਜੀਵਾ ਗਾਵਿਤ ਨੇ ਇਹ ਜਾਣਕਾਰੀ ਦਿੱਤੀ ਦਰਸਲ ਉੱਤਰੀ ਮਹਾਰਾਸ਼ਟਰ ਦੇ 나ਸੀਕ ਜ਼ਿਲ੍ਹੇ ਤੋਂ ਮੁੰਬਈ ਵੱਲ ਵਧ ਰਹੇ ਕਿਸਾਨਾਂ ਤੇ ਆਦੀਵਾਸੀਆਂ ਨੇ ਠਾਣੇ ਵਿੱਚ ਦਾਖਲ ਹੋਣ ਤੋਂ ਬਾਅਦ ਬੁੱਧਵਾਰ ਦੀ ਰਾਤ ਮੰਤਰੀ ਦਾਦਾ ਭੂਸੇ ਅਤੇ ਅਤੁਲ ਸੇਵ ਨੇ ਕਿਸਾਨਾਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ ਸੀ ਇਹਨਾਂ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਐਤਵਾਰ ਨੂੰ ਮੁੰਬਈ ਤੋਂ 200 ਕਿਲੋਮੀਟਰ ਨਾਸਿਕ ਜ਼ਿਲ੍ਹੇ ਦੇ ਡੰਡੋਰੀ ਸ਼ਹਿਰ ਤੋਂ ਆਪਣੀ ਪੈਦਲ ਯਾਤਰਾ ਸ਼ੁਰੂ ਕੀਤੀ ਇਹਨਾਂ ਦੀਆਂ ਮੰਗਾਂ ਦੇ ਵਿੱਚ ਪਿਆਜ਼ ਦੇ ਕਿਸਾਨਾਂ ਨੂੰ ਯਾਨੀ ਕਿ ਗੰਡਾ ਬੀਜਣ ਵਾਲੇ ਕਿਸਾਨਾਂ ਨੂੰ 600 ਰੁਪਏ ਕੁਇੰਟਲ ਪ੍ਰਤੀ ਕੁਇੰਟਲ ਦੀ ਤੁਰਤ ਤੁਰੰਤ ਵਿੱਤੀ ਰਾਹਤ 12 ਘੰਟੇ ਨਿਰਵਿਘਨ ਬਿਜਲੀ ਸਪਲਾਈ ਕਿਨਿ ਬਣਾਉਣਾ ਤੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਸ਼ਾਮਿਲ ਹੈ ਕਹਿ ਸਕਦੇ ਹਾਂ ਕਿ ਅੰਦੋਲਨਕਾਰੀ ਕਿਸਾਨ ਤੇ ਕਬਾਇਲੀ ਜਿਹੜੇ ਉਹ ਮੁੰਬਈ ਵੱਲ ਵਧ ਰਹੇ ਨੇ ਤੇ ਮਹਾਰਾਸ਼ਟਰ ਸਰਕਾਰ ਦੇ ਹੱਥ ਪੈਰ ਫੁੱਲ ਗਏ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਕਰੀਬੀ ਯਾਰ ਇੱਕ ਗਾਰਸਿਟੀ ਭਾਰਤ ਦੇ ਵਿੱਚ ਅਮਰੀਕੀ ਰਾਜ ਸੂਤ ਹੋਣਗੇ ਸੈਨਟ ਨੇ ਉਹਨਾਂ ਦੀ ਨਾਮਜ਼ਦਗੀ ਦੀ ਪੁਸ਼ਟੀ ਕਰ ਦਿੱਤੀ ਹੈ ਭਾਰਤ ਦੇ ਵਿੱਚ ਕ੍ਰੀਬ 2 ਸਾਲਾਂ ਤੋਂ ਇਹ ਆਉਦਾ ਖਾਲੀ ਪਿਆ ਸੀ ਸੈਨਟ ਨੇ 42 ਦੇ ਮੁਕਾਬਲੇ 52 ਵੋਟਾਂ ਦੇ ਨਾਲ ਨਾਮਜ਼ਦਗੀ ਦੀ ਪੁਸ਼ਟੀ ਕੀਤੀ ਹੈ ਤਿੰਨ ਡੈਮੋਕ੍ਰੈਟਿਕ ਮੈਂਬਰਾਂ ਨੇ ਗਾਰਸਿਟੀ ਦਾ ਸਮਰਥਨ ਨਹੀਂ ਕੀਤਾ ਹਾਲਾਂਕਿ ਰਿਪਬਲਿਕਨ ਪਾਰਟੀ ਦੇ 7 ਮੈਂਬਰਾਂ ਨੇ ਸਮਰਥਨ ਕੀਤਾ ਜਿਸ ਦੇ ਨਾਲ ਨਾਮਜ਼ਦਗੀ ਜਿਹੜ ਯਾਨੀ ਕਿ ਮਨਰੇਗਾ ਨੂੰ ਬੇਰੁਜ਼ਗਾਰਾਂ ਦੇ ਲਈ ਸੰਕਟ ਦੇ ਸਮੇਂ ਵਿੱਚ ਉਮੀਦ ਦੀ ਕਿਰਨ ਦੱਸਦੇ ਹੋਏ ਸੰਸਦ ਦੀ ਕਮੇਟੀ ਨੇ 2023-24 ਦੇ ਵਿੱਚ ਇਸ ਦੇ ਬਜਟ 'ਚ 29400 ਕਰੋੜ ਰੁਪਏ ਦੀ ਕਟੌਤੀ ਤੇ ਚਿੰਤਾ ਪ੍ਰਗਟ ਕੀਤੀ ਹੈ। ਇਹ ਗੱਲ ਲੋਕ ਸਭਾ ਦੇ ਵਿੱਚ ਪੇਸ਼ ਕੀਤੀ ਗਈ ਡੀਐਮਕੇ ਸੰਸਦ ਕਨੀ ਮੋਜੀ ਕਰਨਾ ਨੇ ਦੀ ਅਗਵਾਈ ਵਾਲੀ ਪਿੰਡੂ ਵਿਕਾਸ ਤੇ ਪੰਚਾਇਤੀ ਰਾਜ ਬਾਰੇ ਸਥਾਈ ਕਮੇਟੀ ਦੀ ਰਿਪੋਰਟ ਦੇ ਵਿੱਚ ਕਹੀ ਗਈ ਹੈ ਕਮੇਟੀ ਨੇ ਕਿਹਾ ਹੈ ਕਿ ਸਾਲ 2023-24 ਦੇ ਲਈ ਮਹਾਤਮਾ ਗਾਂਧੀ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਯੋਜਨਾ ਦੇ ਬਜਟ ਅਨੁਮਾਨ ਦੇ ਵਿੱਚ ਸਾਲ 2022-23 ਦੇ ਮੁਕਾਬਲੇ 49400 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ ਹੈ